ਐਚਐਮਬੀ ਦੇ ਐਮਸੀਬੀਪੀ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਐਚਐਮਬੀ ਚ ਬਹੁਤ ਜ਼ਿਆਦਾ ਹਰਿਆਲੀ ਹੈ ਤੇ ਕੁੜੀਆਂ ਦੇ ਨਾਮ ਤੇ ਇੱਥੇ ਬਹੁਤ ਹਰਿਆਲੀ ਹੈ ਤੇ ਅੱਜ ਕੁੜੀਆਂ ਨੂੰ ਅਸੀਂ ਪੁੱਛਾਂਗੇ ਇੱਕ ਸਵਾਲ ਸਵਾਲ ਇਹ ਹੈ ਕਿ ਤੁਹਾਡੀ ਮੋਟੀਵੇਸ਼ਨ ਕੀ ਹੈ ਤੇ ਚਲੋ ਤੇ ਜਿਵੇਂ ਕਿ ਤੁਸੀਂ ਸਾਨੂੰ ਕੁਐਸਚਨ ਪੁੱਛਿਆ ਕਿ ਤੁਹਾਡਾ ਮੋਟੀਵੇਸ਼ਨ ਕੀ ਹੈ ਤੇ ਮੈਂ ਤਾਂ ਮੇਰੇ ਮੰਮਾ ਹੀ ਹੈ ਮੋਟੀਵੇਸ਼ਨ ਮੰਮਾ ਹੀ ਹੁੰਦੇ ਆਫ ਕੋਰਸ ਸਾਰੇ ਆਂਦੇ ਕੱਲ ਤਾਂ ਬਿਲਕੁਲ ਇਹਨਾਂ ਦੀ ਸਹੀ ਆ ਸਾਰੇ ਦੀ ਮੋਟੀਵੇਸ਼ਨ ਮੇਨ ਉਹਨਾਂ ਦੇ ਮੰਮਾ ਹੀ ਹੁੰਦੇ ਨੇ ਉਹ ਜੈਸੇ ਕਿ ਇਹਨਾਂ ਨੇ ਕੁਐਸਚਨ ਪੁੱਛਿਆ ਹੈ ਕਿ ਆਪਕੀ ਮੋਟੀਵੇਸ਼ਨ ਕੈਸੀ ਹੈ ਤਾਂ ਮੈਂ ਬਤਾਣਾ ਚਾਹੂੰਗੀ ਕਿ ਮੇਰੀ ਮੋਟੀਵੇਸ਼ਨ ਹੈ डॉक्टर रमा शर्मा उनके बारे में तो आप सबको पता ही होगा वो हमारे डिपार्टमेंट के एच हैं जीएमसी डिपार्टमेंट के और जैसा मैम का नेचर है और मैम इतने पढ़े लिखे हैं पीएचडी होल्डर है मैम और उनका जो कूल नेचर है वो सबको बहुत पसंद है मेरे लिए तो मोटिवेशन रमा मैम ही है थैंक यू okay. तो, जिम्मे तो कि तुम मैं तो क्वेश्चन पूछा कि थोड़ी मोटिवेशन कौन है मेरी मोटिवेशन मेरे पापा ही रहे हैं हमेशा मैंने उही हर चीज़ लपोर्ट करते हैं मेनू मोटिवेट करते हैं थैंक यू हेलो मेरी लाइफ की सबसे बड़ी मोटिवेशन ये है कि मैं अपने पेरेंट्स को प्राउड फील करवाना चाहती हूँ मैं चाहती हूँ कि उनको ये ये लगे कि मैं अपने पैरों पे इंडिपेंडेंट हूँ और मेरे बड़े होने के बाद भी उन्हें मेरे लिए कोई टेंशन ना लेनी पड़े थैंक जीतना की दीदी ने पूछा कि मेरी मोटिवेशन की है मेरी मोटिवेशन मेरे फ्रेंड्स है मेरी, मेरी टीचर थी मेरी फैमिली है सब तो मेन मेरे पेरेंट्स है जो कि हर टाइम इन सपोर्ट करते हैं हर किसी गल से थैंक यू ਹੈਲੋ ਸੋ ਮੇਰੀ ਪਹਿਲੀ ਮੇਰੀ ਸਭ ਤੋਂ ਵੱਡੀ ਮੋਟੀਵੇਸ਼ਨ ਮੇਰਾ ਬ੍ਰਦਰ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਹਾਰਡ ਵਰਕਿੰਗ ਹੈ ਤੇ ਮੈਨੂੰ ਵੀ ਆਈ ਹੈ ਕਿ ਮੈਂ ਲਾਈਫ ਚ ਅੱਗੇ ਜਾ ਕੇ ਮੈਂ ਵੀ ਖੁਦ ਸਟੈਂਡ ਸਟੈਂਡ ਹੋਵਾਂ ਆਪਣੇ ਪੈਰਾਂ ਤੇ ਉਹਦੇ ਵਰਗੂ ਹਾਰਡ ਵਰਕਿੰਗ ਕਰਾਂ ਥੈਂਕ ਯੂ ਹੈਲੋ ਹੈਲੋ ਮੇਰੀ ਮੋਟੀਵੇਸ਼ਨ ਮੇਰੀ ਬੈਸਟ ਫਰੈਂਡ ਹੈ ਥੈਂਕ ਯੂ ਥੈਂਕ ਯੂ ਜਿਵੇਂ ਦੇਖਿਆ ਚੰਬੀ ਕੁੜੀਆਂ ਤੋਂ ਅਸੀਂ ਪੁੱਛਿਆ ਸੀ ਸਵਾਲ ਤੁਹਾਡੀ ਮੋਟੀਵੇਸ਼ਨ ਕੀ ਹੈ ਤੇ ਸਭ ਦਾ ਜਵਾਬ ਇੱਕੋ ਜਿਹਾ ਹੀ ਸੀਗਾ ਕਿ ਮੰਮੀ ਪਾਪਾ ਮੋਸਟਲੀ ਸਾਰਿਆਂ ਦਾ ਜਵਾਬ ਇਹੀ ਹੋ ਸਕਦਾ ਸੀਗਾ ਕਿ ਉਹਨਾਂ ਦੇ ਮੰਮੀ ਪਾਪਾ ਹੀ ਉਹਨਾਂ ਦੀ ਮੋਟੀਵੇਸ਼ਨ ਹੁੰਦੇ ਹਨ ਤੇ ਕੱਲ ਫਿਰ ਮਿਲਾਂਗੇ ਐਮਸੀਬੀਪੀ ਚੈਨਲ ਤੇ ਇੱਕ ਨਵੇਂ ਕੁਐਸਚਨ ਦੇ ਨਾਲ ਤਦ ਤੱਕ ਲਈ ਅਲਵਿਦਾ